a South Asian Canadian channel. नौ दिन रात पेंडा पा के जी अज इंसाफ मार्च पटियाला पहुंच चुके हैं। तुम देख सकते हो कि सुखपाल खैरा बैंस ब्रदर इको ही गड्डी च पहुंचे ने इन्हां नाल गल करने दी कोशिश करी। सुखपाल खैरा किस तरह जाके हले तो हले पिंडा दे विच तुसी सबसे पैर कीता हैगा। वाहेगुरु दी कृपा नाल सारा बहुत अच्छा रिस्पांस रहा। एमएलए सारे ਬੈਸ ਆਫ 54 ਪਿੰਡ ਤੁਸੀਂ ਘੁੰਮੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਅੱਜ ਜਿਹੜਾ ਰਿਸਪੌਂਸ ਵੇਖਣ ਨੂੰ ਮਿਲ ਰਿਹਾ? ਸਾਰਾ ਜੋਸ਼, ਸਾਡੇ ਕੋਲੇ ਕੋਈ ਪ੍ਰਬੰਧ ਬੰਦੋਬਸਤ ਨਹੀਂ, ਲੋਕ ਆਪਣੇ ਆਪ ਮਾਰ ਰਹੇ। ਮੰਚ ਧਰਮਵੀਰ ਗਾਂਧੀ ਜੀ ਦਾ ਔਰ ਨਾਲ ਬਹੁਜਨ ਸਮਾਜ ਪਾਰਟੀ ਨੇ ਅੱਜ ਸਹਿਯੋਗ ਦਿੱਤਾ ਔਰ ਇੱਥੇ ਇਸ ਮੌਕੇ 'ਤੇ ਯੂਨਾਈਟਡ ਅਕਾਲੀ ਦਲ ਨੇ ਵੀ ਸਹਿਯੋਗ ਦਿੱਤਾ। ਸੋ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਾਇਆ। ਮਕਸਦ ਇਹਦਾ ਇਹ ਆ ਕਿ ਪੰਜਾਬ ਦਾ ਜਿਹੜੀ ਗੰਧਲੀ ਰਾਜਨੀਤੀ ਆ, ਜੋ ਦੋ ਪਰਿਵਾਰਾਂ ਨੇ ਅਤੇ ਦੋ ਪਾਰਟੀਆਂ ਨੇ ਜੋ ਭ੍ਰਿਸ਼ਟਾਚਾਰ, ਜੋ ਅਨਿਆਏ, ਜੋ ਬੇਇਨਸਾਫੀਆਂ ਕੀਤੀਆਂ, ਇਹਨਾਂ ਤੋਂ ਪੰਜਾਬ ਨੂੰ ਨਿਜਾਤ ਦਿਵਾਉਣ ਵਾਸਤੇ, ਆਜ਼ਾਦ ਕਰਾਉਣ ਵਾਸਤੇ ਅਸੀਂ ਇਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਣਾਇਆ। ਉਹ ਪਾਰਟੀ ਅਸੀਂ ਕਿਉਂਕਿ ਹਲੇ ਫਿਲਹਾਲ ਅਸੀਂ ਇਹ ਵੀ ਵਿਚਾਰ ਕੀਤਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਪ੍ਰਧਾਨ ਦੀ ਗੱਲ ਕਰਾਂਗੇ, ਪਰ ਕਿਉਂਕਿ ਹਲੇ ਅਸੀਂ ਸੈਪਰੇਟ ਐਂਟੀਟੀਜ਼ ਦੀ ਸ਼ਕਲ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਲੈਕਸ਼ਨ ਲੜਨੀ ਆ, ਇਸ ਲਈ ਅਸੀਂ ਫੋਰ ਦਾ ਟਾਈਮ ਬੀਇੰਗ ਆਪਣੀਆਂ ਆਪਣੀਆਂ ਇੰਡੀਪੈਂਡੈਂਟ ਆਈਡੈਂਟੀਟੀਜ਼ ਮੇਨਟੇਨ ਕਰਾਂਗੇ ਔਰ ਜਿਹੜਾ ਸਾਡੇ ਵਾਲਾ ਪਾਰਟੀ ਦਾ ਇਨਫਰਾਸਟ੍ਰਕਚਰ ਆ ਉਹ ਛੇਤੀ ਆਉਣ ਵਾਲੇ ਥੋੜ੍ਹੇ ਦਿਨਾਂ 'ਚ ਅਸੀਂ ਐਲਾਨ ਕਰ ਦੇਣਾ। NRI ਜਿਹੜਾ ਬਹੁਤ ਵੱਡਾ ਰੋਲ ਹੈ ਜੀ ਪੰਜਾਬ ਨੂੰ ਸੁਧਾਰਨ ਵਿੱਚ, ਉਹਦਾ ਦਿਨ ਰਾਤ ਲੱਗੇ ਹੋਏ ਨੇ ਔਰ ਉਹ ਬਹੁਤ ਐਕਟਿਵਲੀ ਪਾਰਟੀਸਪੇਟ ਕਰ ਰਹੇ ਨੇ ਪੰਜਾਬ ਦੇ ਇਸ ਸਿਸਟਮ ਦੇ ਵਿੱਚ। ਉਹਨਾਂ ਦਾ ਤਾਂ ਦੇਣ ਅਸੀਂ ਦੇ ਹੀ ਨਹੀਂ ਸਕਦੇ, ਉਹਨਾਂ ਨੂੰ ਅਸੀਂ ਕਹਾਂਗੇ ਕਿ ਇਸੇ ਤਰ੍ਹਾਂ ਹੀ ਪੰਜਾਬ ਦੇ ਉੱਤੇ ਤਿੱਖੀ ਨਜ਼ਰ ਰੱਖਣ ਅਤੇ ਪੰਜਾਬ ਦੀ ਗੰਦਗੀ ਕੱਢਣ ਵਿੱਚ ਸਾਡੇ ਸਾਰਿਆਂ ਦੀ ਮਦਦ ਕਰਨ। ਖੇਰਾ ਸਾਹਿਬ, ਤੁਸੀਂ ਇੱਕ ਮੰਗ ਕੀਤੀ ਅੱਜ, ਸੌਰੀ ਮਤਾ ਪਾਇਆ ਤੁਸੀਂ ਅੱਜ ਇੱਕ, ਕਿ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਤੋਂ ਮੁਕਤ ਕਰਵਾਉਣਾ। ਜਿਹੜੀ ਇਹ ਗੱਲ ਆ, ਇਹ ਤਾਂ ਟਕਸਾਲੀ ਆਗੂ ਵੀ ਕਰ ਰਹੇ ਆ, ਉਹਨਾਂ ਨਾਲ ਫਿਰ ਕਿਸ ਤਰ੍ਹਾਂ ਦੀ ਕੋਈ ਗੱਲਬਾਤ? ਉਹ ਅਸੀਂ ਅੱਜ ਤੱਕ ਹਲੇ ਕੋਈ ਵਿਚਾਰ ਚਰਚਾ ਨਹੀਂ ਕੀਤੀ, ਕੋਈ ਫੋਰਮਲੀ ਅਸੀਂ ਮਿਲੇ ਨਹੀਂ ਉਹਨਾਂ ਨੂੰ। ਜਦੋਂ ਫੋਰਮਲੀ ਮਿਲਾਂਗੇ ਅਸੀਂ ਗੱਲ ਕਰਾਂਗੇ, ਅਸੀਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਾਂਗੇ, ਫਿਰ ਦੇਖਾਂਗੇ ਕੀ ਕੀ ਹੁੰਦਾ। ਵੀ ਪਾਰਟੀ ਦਾ ਐਲਾਨ ਕੀਤਾ, ਕੀ ਕਹਿਣਾ ਚਾਹੋਗੇ? ਨਹੀਂ, ਅੱਛੀ ਦੇਖੋ ਗੱਲ ਇਹ ਆ ਕਿ ਉਹਨਾਂ ਨੇ ਜੇ ਉਹ ਪਾਰਟੀ ਬਣਾਉਣ ਤੋਂ ਪਹਿਲਾਂ ਸਾਰਿਆਂ ਨਾਲ ਮਸ਼ਵਰਾ ਕਰ ਲੈਂਦੇ ਤਾਂ ਹੋ ਸਕਦਾ ਸੀ ਉਹ ਇਸ ਗੱਠਜੋੜ ਦੇ ਵਿੱਚ ਵੀ ਆ ਜਾਂਦੇ ਅੱਜ। ਇਸ ਲਈ ਉਹ ਥੋੜ੍ਹਾ ਜਿਹਾ ਜਲਦੀ ਕਰ ਗਏ ਨੇ, ਪਰ ਚਲੋ ਉਹਨਾਂ ਨੇ ਜੋ ਕਰ ਲਿਆ ਹੈਗਾ ਵਾ, ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਸਾਰੇ ਸਾਥੀਆਂ ਨਾਲ ਬੈਠ ਕੇ ਡਿਸਕਸ ਕਰਾਂਗੇ ਔਰ ਦੇਖਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਹਰ ਉਹ ਵਿਅਕਤੀ ਜਿਹੜਾ ਪੰਜਾਬ ਦੀ ਬਿਹਤਰੀ ਚਾਹੁੰਦਾ ਵਾ ਔਰ ਐਂਟੀ BJP, ਐਂਟੀ ਅਕਾਲੀ, ਐਂਟੀ ਕਾਂਗਰਸ ਇਕੁਈ ਡਿਸਟੈਂਸ ਮੇਨਟੇਨ ਕਰਦਾ, ਬਰਾਬਰ ਦੀ ਦੂਰੀ ਮੇਨਟੇਨ ਕਰਦਾ, ਉਹਨਾਂ ਸਾਰਿਆਂ ਨਾਲ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਲੜ ਰਹੇ ਹੋ ਤੁਸੀਂ? ਹਲੇ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਿਆ, ਹਲੇ ਤਾਂ ਸਿਰਫ ਇਹ ਫੈਸਲਾ ਲਿਆ ਫੰਡਾਮੈਂਟਲ ਕਿ ਸਾਨੂੰ ਪੰਜਾਬ ਦੀ ਲੋਕ ਸਭਾ ਇਲੈਕਸ਼ਨ ਲੜਨੀ ਚਾਹੀਦੀ, ਕਿਉਂਕਿ ਅਕਾਲੀ ਖੇਡ ਤੋਂ ਬਾਹਰ ਹੋ ਚੁੱਕੇ ਨੇ। ਅਸੀਂ ਨਹੀਂ ਚਾਹੁੰਦੇ ਕਿ ਕਾਂਗਰਸ ਜਿਹੜੀ ਕਿ ਧੋਖਾ ਕਰ ਰਹੀ ਪੰਜਾਬ ਦੇ ਲੋਕਾਂ ਦੇ ਨਾਲ, ਉਹ ਕਲੀਨ ਸਵੀਪ ਕਰੇ, ਉਹਨੂੰ ਮੈਦਾਨ ਖਾਲੀ ਨਹੀਂ ਮਿਲਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਅਖਲਾਕੀ ਅਤੇ ਸੱਚਾ ਸੁੱਚਾ ਗੱਠਜੋੜ ਸਾਹਮਣੇ ਆ ਕੇ ਪੰਜਾਬ ਦੇ ਮੁਸ਼ਕਲਾਤਾਂ ਨੂੰ ਦੂਰ ਕਰਨ ਦਾ ਉਪਰਾਲਾ ਕਰੀਏ। A South Asian Canadian channel.